ਵੀਰ ਜੀ ਨਮਸਕਾਰ ਜੀ। ਨਮਸਕਾਰ ਜੀ, ਕੀ ਨਾਮ ਹੈ ਭਾਜੀ ਆਪਣਾ? ਮੇਰਾ ਬਲਜੀਤ ਸਿੰਘ ਹੈ ਜੀ। ਭਾਜੀ ਤੁਸੀਂ ਆਪਣੀ ਜਿਹੜੀ ਗੱਡੀ ਹੈ ਆਪਣੀ ਹੈਗੀ HP 12K 8588, ਇਹ ਗੱਡੀ ਕਿਹੜੀ ਯੂਨੀਅਨ ਦੀ ਭਾਜੀ ਆਪਣੀ? ਇਹ ਵਿਸ਼ਕਰਮਾ ਟੈਂਪੂ ਨੇ ਪੀਰਥਾਨ ਜੀ ਨਾਲਾਗੜ। ਓਕੇ ਭਾਜੀ, ਭਾਜੀ ਕਿੰਨਾ ਟਾਈਮ ਹੋ ਗਿਆ ਗੱਡੀ ਨੂੰ ਲਏ ਤੁਹਾਨੂੰ? ਭਾਜੀ 1.5 ਸਾਲ ਦੇ ਉੱਪਰ ਹੋ ਗਿਆ ਜੀ। ਅੱਛਾ ਜੀ, ਤਾਂ ਭਾਜੀ ਤੁਹਾਨੂੰ ਗੱਡੀ ਚਲਾਉਣੇ ਮੇ ਜਾਂ ਗੱਡੀ ਦੀ ਐਵਰੇਜ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਕਿੱਦਾਂ ਦੀ ਪਰਫਾਰਮੈਂਸ ਤੁਹਾਨੂੰ ਗੱਡੀ ਦੀ ਲੱਗੀ ਜੀ? ਭਾਜੀ ਠੀਕ ਹੈ, ਐਵਰੇਜ ਤੋਂ ਸੈੱਟ ਹੈ ਜੀ। ਵਧੀਆ ਆਉਂਦੀ ਹੈ ਐਵਰੇਜ ਨਾ ਜੀ? ਮੈਕਸੀਮ ਤੁਸੀਂ ਜੋ ਮਤਲਬ ਮੰਨਦੇ ਹੋ ਐਵਰੇਜ, ਮਤਲਬ 9, 9.5, 10 ਤੱਕ ਕਿੰਨੀ ਦੀ ਤੁਸੀਂ ਰੱਖਦੇ ਹੋ? ਕਿ 9, 9.5 ਦੇ ਵਿੱਚ ਵਿੱਚ 3 ਟਨ 4 ਟਨ ਮਾਲ ਪਾ ਕੇ ਆਰਾਮ ਦੇ ਨਾ ਜੀ? 4 ਟਨ ਹਾਂ, ਬਸ ਇੰਨੀ ਹੋ ਜਾਂਦੀ। ਅੱਛਾ ਜੀ, ਔਰ ਭਾਜੀ ਅੰਦਰ ਗੱਡੀ ਆਪਾਂ ਚਲਾਉਣ ਦੀ ਬਾਤ ਕਰੀਏ, ਕੰਫਰਟੇਬਲ ਅੰਦਰ ਸੀਟ ਕਿੱਦਾਂ ਦੀ ਤੁਹਾਨੂੰ ਲੱਗਦੀ ਹੈ ਜੀ? ਸੀਟ ਵਧੀਆ ਜੀ, ਕੰਫਰਟੇਬਲ ਹੈ ਬਿਲਕੁਲ। ਠੀਕ ਹੈ ਜੀ, ਔਰ ਗੱਡੀ ਦੇਖੋ ਭਾਜੀ, ਭਾਜੀ ਦੀ ਗੱਡੀ 1.5 ਸਾਲ ਹੋ ਗਿਆ ਗੱਡੀ ਨੂੰ, ਦੇਖੋ ਬਿਲਕੁਲ ਕੋਈ ਗੱਡੀ ਮੈਂ ਇੱਦਾਂ ਲੱਗਦਾ ਕਿ ਅੱਜ ਹੀ ਸ਼ੋਰੂਮ 'ਤੇ ਗੱਡੀ ਹੈ। ਔਰ ਭਾਜੀ ਟਾਇਰ ਦੀ ਤੁਸੀਂ ਐਵਰੇਜ ਮੈਨੂੰ ਦੱਸੋਗੇ ਕਿੰਨੇ ਕੁ ਟਾਇਰ ਤੁਹਾਡੇ ਮਤਲਬ ਚੱਲ ਪਏ ਗੱਡੀ ਦੇ, ਜਿਹੜੇ ਨਵੇਂ ਟਾਇਰ ਤੁਸੀਂ ਮੰਨਦੇ ਹੋ? ਅੱਗੇ ਵਾਲੇ ਕਿ ਪਿੱਛੇ ਵਾਲੇ? ਮਤਲਬ ਐਵਰੇਜ ਅੱਗੇ ਪਿੱਛੇ ਦੇ 50-60 ਹਜ਼ਾਰ ਕੱਢ ਗਏ ਟਾਇਰ ਆਪਣੇ ਜੀ? 55 ਹਜ਼ਾਰ ਕੱਢ ਗਏ ਟਾਇਰ ਆਪਣੇ ਨਾ ਜੀ। ਬਾਕੀ ਤੁਸੀਂ ਹੋਰ ਕੋਈ ਆਪਣੀ ਗੱਡੀ ਬਾਰੇ ਕੁਝ ਬਤਾਉਣਾ ਚਾਹੁੰਦੇ ਹੋ ਕਿ ਆਪਣੀ ਗੱਡੀ ਜਿਹੜੀ ਹੈਗੀ ਜੀ ਚਲਾਉਣੇ ਨੂੰ, ਜਾਂ ਐਵਰੇਜ ਬਾਰੇ, ਜਾਂ ਗੱਡੀ ਦਾ ਜਿਹੜਾ ਲੁੱਕ ਹੈ ਜੀ, ਮਤਲਬ ਕੋਈ ਤੁਹਾਨੂੰ ਕਿੱਦਾਂ ਦੀ ਲੱਗੀ ਗੱਡੀ ਜੀ? ਭਾਜੀ ਲੁੱਕ ਤਾਂ ਠੀਕ ਹੈ, ਲੁੱਕ ਵਾਈਜ਼ ਤਾਂ ਗੱਡੀ ਵਧੀਆ ਜੀ, ਵਧੀਆ ਨਾ ਜੀ, ਠੀਕ ਹੈ ਜੀ ਸਾਰਾ ਕੁਝ ਫਿਲਹਾਲ ਤਾਂ। ਅੱਛਾ ਜੀ, ਬਾਕੀ ਗੱਡੀ ਦੀ ਜਿਹੜੀ ਮੈਂਟੇਨੈਂਸ ਵਗੈਰਾ ਭਾਜੀ, ਕੋਈ ਫਾਲਤੂ ਮੈਂਟੇਨੈਂਸ ਤੁਹਾਨੂੰ ਲੱਗਦੀ ਹੋਈ, ਕੋਈ ਇਦਾਂ ਦਾ ਕੋਈ ਇਸ਼ੂ ਤਾਂ ਨਹੀਂ ਆ? ਫਾਲਤੂ ਦਾ ਟਾਇਰਾਂ ਦਾ ਹੀ ਆ ਜੀ, ਬਾਕੀ ਤਾਂ ਠੀਕ ਆ। ਬਾਕੀ ਇਹ ਮਤਲਬ ਆਪਣੀ ਗੱਡੀ ਓਕੇ, ਕੋਈ ਫਾਲਤੂ ਟਾਇਰਾਂ ਦਾ ਪਿਛਲਾ ਕੁਝ ਨਹੀਂ, ਅੱਗੇ ਵਾਲਾ ਟਾਇਰ ਹੀ ਆ ਜੀ ਬਸ। ਮੈਂਟੇਨੈਂਸ ਵਧੀਆ ਗੱਡੀ ਦੀ ਨਾ ਜੀ? ਮੈਂਟੇਨੈਂਸ ਵਧੀਆ। ਚਲੋ ਠੀਕ ਹੈ ਭਾਜੀ, ਓਕੇ ਜੀ।